अकाली दल से बगावत में चल रहे कुछ नेताओं ने मीटिंग की, मीटिंग के बाद एक प्रेस कॉन्फ्रेंस की और उसमें सीनियर लीडर शामिल है। इस समय हमारे साथ सुच्चा सिंह छोटेपुर हैं जो पुराने अकाली दल के साथ जुड़े हुए हैं, पंजाब की अच्छी समझ रखते हैं। छोटेपुर साहब, ये मीटिंग और बैठक और ये बगावत आपके नज़रिए से क्या है और किस दिशा की ओर जाएगी? मीटिंग कह सकते हो, इहनू बगावत नहीं कह सकते क्योंकि इहदा नां ही सरदार लहर रख्या। ਜਿਹੜੀਆਂ ਅਕਾਲੀ ਦਲ ਦੀ ਇਹ ਹਾਲਤ ਕਿਉਂ ਬਣੀ, ਉਹਦਾ ਕਾਰਨ ਕੀ ਸੀਗੀ ਅਤੇ ਅਕਾਲੀ ਦਲ ਨੂੰ ਇਸ ਪੁਜੀਸ਼ਨ 'ਚੋਂ ਬਾਹਰ ਕਿਸ ਤਰ੍ਹਾਂ ਕੱਢਣਾ, ਉਹਦੇ ਵਾਸਤੇ ਸਾਰੀ ਵਿਚਾਰ ਚਰਚਾ ਹੋਈ ਹੈ। ਕੋਈ ਕਿਸੇ ਦੇ ਉਲਟ ਨਹੀਂ ਇੱਕ ਅੱਖਰ ਬੋਲਿਆ, ਨਾ ਕਿਸੇ ਦੇ ਮਾੜਾ ਬੋਲਿਆ ਗਿਆ ਵਾ। ਉਹਦੇ ਵਾਸਤੇ ਸਾਰਿਆਂ ਨੇ ਸਰਬਸੰਮਤੀ ਨਾਲ ਵਡਾਲਾ ਜੀ ਨੂੰ ਪਾਰਟੀ ਦਾ ਕਨਵੀਨਰ ਬਣਾਤਾ। ਉਹ ਕਮੇਟੀ ਇੱਕ ਅੱਧੇ ਦਿਨ 'ਚ ਅਨਾਊਂਸ ਕਰ ਦੇਣਗੇ, ਉਹ ਬਹਿ ਕੇ ਸਾਰੇ ਫੈਸਲੇ ਕਰਿਆ ਕਰੇਗੀ। ਅੱਜ ਫੈਸਲਾ ਕੀਤਾ ਵੀ ਜਿਹੜੇ ਪੁਰਾਣੇ ਬੰਦੇ ਜਿਨ੍ਹਾਂ ਨੂੰ ਅਕਾਲੀ ਦਲ ਭੁੱਲ ਚੁੱਕਾ ਸੀ, ਉਹਨਾਂ ਦੀਆਂ ਜਿਨ੍ਹਾਂ ਦੀ ਬੜੀ ਕੰਟਰੀਬਿਊਸ਼ਨ ਸੀ ਅਕਾਲੀ ਦਲ ਵਾਸਤੇ, ਉਹਨਾਂ ਦੀਆਂ ਯਾਦਾਂ ਮਨਾਉਣ ਦੀ ਆ, ਉਹ ਮਨਾਉਣਗੇ। ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੀ ਰਿਹਾਈ ਵਾਸਤੇ, ਜਿਹੜੇ ਕਾਲੇ ਕਾਨੂੰਨ ਬਣੇ ਆ ਉਹਦੇ ਵਾਸਤੇ ਪ੍ਰੋਟੈਸਟ ਕਰ ਲਈ, ਉਹ ਵੀ ਕੋਈ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਉਲੀਕਿਆ ਜਾਊਗਾ। ਅਕਾਲੀ ਦਲ ਦਾ ਕੀ ਪ੍ਰੋਗਰਾਮ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ? ਅਸੀਂ ਅਕਾਲੀ ਦਲ ਤੋਂ ਕੋਈ ਅੱਡ ਨਹੀਂ ਹੋਏ, ਇਸ 'ਤੇ ਅਕਾਲੀ ਦਲ ਨੂੰ ਸਟਰੋਂਗ ਕਰਨ ਵਾਸਤੇ ਸੋਚ ਰਿਹਾ ਕਿ ਉਹ ਅਕਾਲੀ ਦਲ ਸੁੱਟ ਦਿੱਤਾ, ਇੱਕ ਤਾਂ ਹੁੰਦਾ ਫਰਸ਼ 'ਤੇ ਸੁੱਟਤਾ, ਉਹ ਤਾਂ ਖੁਦ ਸੁੱਟ ਦਿੱਤਾ ਵਾ। ਪਰ ਉਹ ਐਕਸ਼ਨ ਲੈਣ ਦੀ ਤਿਆਰੀ ਮੈਂ ਆ, ਪਰ ਔਰ ਇਹ ਇਸਕੋ ਉਹ ਕਹਿ ਰਹੇ ਕਿ ਇਹ ਤਾਂ ਇਨਡਿਸਿਪਲਿਨ ਗੱਲ ਹੈ ਜੀ। ਜੋ ਮਰਜ਼ੀ ਕਰਦੇ ਰਹਿਣ, ਜਿਹੜੇ ਬੰਦੇ ਅਕਾਲੀ ਦਲ ਵਾਸਤੇ ਸਾਰੀ ਉਮਰ ਜੂਝਦੇ ਰਹੇ ਆ ਉਹ ਤਾਂ ਸਾਰੇ ਇੱਧਰ ਆ, ਅਤੇ ਬਾਕੀ ਫੈਸਲਾ ਲੋਕਾਂ ਨੇ ਕਰਨਾ ਵਾ ਜੀ। ਸੁਖਬੀਰ ਬਾਦਲ ਜੂਝੇ ਨਹੀਂ, ਸੁਖਬੀਰ ਬਾਦਲ 'ਚ ਯਾਰ ਉਹ ਜੂਝੇ ਆ ਅਤੇ ਉਹਨਾਂ ਨੂੰ ਬਹੁਤ ਕੁਝ ਕੌਮ ਨੇ ਦਿੱਤਾ ਵਾ। 5 ਵਾਰੀ ਮੁੱਖ ਮੰਤਰੀ, 35-36 ਸਾਲ ਦਾ ਪ੍ਰਧਾਨ, ਸਾਰੇ ਟੱਬਰ ਨੂੰ ਸਭ ਕੁਝ ਦਿੱਤਾ ਵਾ, ਅਤੇ ਇਕੱਲਾ ਤਾਂ ਕੋਈ ਵੀ ਨਹੀਂ ਕੁਛ ਹੁੰਦਾ। ਇਸ ਸੰਘਰਸ਼ ਦੇ ਵਿੱਚ ਟੱਬਰਾਂ ਦੇ ਟੱਬਰਾਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ, ਬਹੁਤ ਲੋਕਾਂ ਦੀਆਂ ਕੁਰਬਾਨੀਆਂ ਹੋਈਆਂ ਨੇ, ਬਹੁਤ ਲੋਕਾਂ ਨੇ ਜੇਲ੍ਹਾਂ ਕੱਟੀਆਂ ਨੇ ਜਿਨ੍ਹਾਂ ਨੂੰ ਕੱਖ ਵੀ ਨਹੀਂ ਮਿਲਿਆ ਵਿਚਾਰਿਆਂ ਨੂੰ। ਇਸ ਕਰਕੇ ਇਹਨੂੰ ਉਹਨਾਂ ਨੂੰ ਮੇਰਾ ਤਾਂ ਖਿਆਲ ਆ ਵੀ ਉਹਨੂੰ ਬਾਇੱਜ਼ਤ ਹੀ ਬੜੇ ਸਤਿਕਾਰ ਨਾਲ ਪਾਸੇ ਹੋ ਜਾਣਾ ਚਾਹੀਦਾ। ਅੱਜ ਆਪਣੇ ਜੋ ਇੱਕ ਪਿਛਲਾ ਲੈਟਰ ਲਿਖਿਆ ਥਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋ, ਉਹਨਾਂ ਨੇ ਵੀ ਇੱਕ ਡਿਸੀਜ਼ਨ ਲਿਆ ਕਿ 15 ਦਿਨ ਮੈਂ ਸੁਖਬੀਰ ਬਾਦਲ ਇੱਕ ਤੋਂ ਸਪਸ਼ਟੀਕਰਨ ਦੇ ਔਰ ਦੂਸਰਾ 90 ਲੱਖ ਕਾ ਜੋ ਇਸ਼ਤਿਹਾਰਬਾਜ਼ੀ ਥੀ ਉਸ ਪਰ ਵੀ ਸਪਸ਼ਟੀਕਰਨ ਮੰਗ। ਚੰਗੀ ਗੱਲ ਆ, ਅੱਛੀ ਗੱਲ ਆ। ਅਕਾਲ ਤਖਤ ਸਾਰਿਆਂ ਵਾਸਤੇ ਸੁਪਰੀਮ ਆ, ਅਕਾਲ ਤਖਤ ਦੇ ਜਥੇਦਾਰ ਨੂੰ ਇਹ ਗਰੁੱਪ ਸਾਰਾ ਜਾ ਕੇ ਆਪਣੀਆਂ ਗਲਤੀਆਂ ਐਡਮਿਟ ਕਰਕੇ ਆਇਆ ਸੀਗਾ, ਦੇ ਕੇ ਆਇਆ ਸੀ ਇੱਕ ਐਪਲੀਕੇਸ਼ਨ ਵੀ ਸਾਡੇ ਕੋਲ ਗੁਨਾਹ ਹੋਏ ਆ, ਸਾਡੇ ਗੁਨਾਹਾਂ ਦੀ ਜਿੰਨੀ ਬਣਦੀ ਸਜ਼ਾ ਵਾ ਉਹ ਸਾਨੂੰ ਦਿੱਤੀ ਜਾਵੇ। ਜੇ ਉਹਨਾਂ ਸੁਖਬੀਰ ਨੂੰ ਸੱਦਿਆ ਵਾ ਗੁਨਾਹ ਤਾਂ ਐਕਚੁਅਲੀ ਆਲੇ ਨਾਲ ਤਾਂ ਸੁਖਬੀਰ ਸੀ, ਤਾਂ ਬੰਦੇ ਚੀਕਾਂ ਮਾਰ ਮਾਰ ਕਹਿ ਰਹੇ ਆ ਵੀ ਅਸੀਂ, ਸਾਡੀ ਤਾਂ ਉੱਥੇ ਪੁੱਛਗਿੱਛ ਕਿਸੇ ਦੀ ਕੋਈ ਹੈ ਹੀ ਨਹੀਂ। ਇਹਨੀ ਕੋ ਵੋ ਕਹਿਤੇ ਹੈ ਕਿ ਇਹ ਹਰ ਚੰਦੂ ਮਾਜਰਾ ਹੋ ਜਾਂ ਕੋਈ ਵੀ ਲੀਡਰ ਹੋ, ਵੋ ਆਪਣੇ ਆਪਣੇ ਜ਼ਿਲ੍ਹੇ ਮੇ ਆਪਣੇ ਆਪਣੇ ਹਲਕੇ ਮੇ ਇੱਕ ਤੋਂ ਚੁਣਾਵ ਆ ਰਹੇ ਹੈ ਦੋ ਦੋ ਤਿੰਨ ਤਿੰਨ ਵਾਰ, ਔਰ ਦੂਸਰਾ ਇਹ ਇਨਕੇ ਜਾਣੇ ਸੇ ਪਾਰਟੀ ਮੇ ਫਰਕ ਨਹੀਂ ਪੜੇਗਾ, ਪਾਰਟੀ ਤੋਂ ਸੁਪਰੀਮਾ ਔਰ ਪ੍ਰਧਾਨ ਵੀ ਸੁਖਬੀਰ ਬਾਦਲ ਰਹੇ। ਸਿਰਫ ਇੱਕ ਉਹ ਇੱਕ ਸੀਟ ਲੈ ਕੇ ਬੈਠਾ ਰਹੇ ਬਠਿੰਡੇ ਦੇ ਵਿੱਚ, ਅਤੇ ਬਾਕੀ ਪੰਜਾਬ 'ਚ ਸਾਰੇ ਜੇ ਜਮਾਨਤਾਂ ਜ਼ਬਤ ਹੋ ਜਾਣ ਤਾਂ ਕੋਈ ਗੱਲ ਨਹੀਂ ਬਣਦੀ। ਯਾਰ ਮੈਂ ਤਾਂ ਇਹੋ ਜਿਹਾ ਇੰਨਾ ਬੇਜ਼ਮੀਰਾ ਬੰਦਾ ਨਹੀਂ, ਮੇਰੇ ਵਰਗੇ ਬੰਦੇ ਨਾਲ ਇਹੋ ਜਿਹਾ ਵਾਪਰਿਆ ਤਾਂ ਮੈਂ ਤਾਂ ਕੌਮ ਕੋ ਸਿਰ ਨਵਾ ਕੇ ਧਰਤੀ ਦੇ ਸਿਰ ਮੱਥਾ ਟੇਕ ਕੇ ਲੋਕਾਂ ਕੋਲ ਕਹਾਂ ਵੀ ਭਾਈ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਵਾ, ਮੈਂ ਜਿੱਥੇ ਕੌਮ ਪਹੁੰਚ ਗਈ ਆ ਇਹ ਮੇਰੀ ਵਜ੍ਹਾ ਨਾਲ, ਜੇ ਪਹੁੰਚੀ ਆ ਤਾਂ ਮੈਂ ਛੱਡਦਾ ਹੋਰ ਕੋਈ ਅੱਗੇ ਆ ਜਾਏ। ਬੰਨੇ ਲੱਗੂਗੀ ਇਹ ਗੱਲ ਕਿਸੇ ਕਿਹੜੇ ਪਾਸੇ? 100% ਬੰਨੇ ਲੱਗੇਗੀ ਬੇਟਾ। ਸੁੱਚਾ ਸਿੰਘ ਛੋਟੇਪੁਰ ਕਹਿ ਰਹੇ ਕਿ ਕੋਈ ਨਾ ਕੋਈ ਕੰਕਲੂਜਨ ਜ਼ਰੂਰ ਇਸ ਬਾਤ ਕਾ ਨਿਕਲੇਗਾ ਔਰ ਅਕਾਲੀ ਦਲ ਜੋ ਬਾਗੀ ਪਕਸ਼ ਹੈ ਉਨਕੀ ਔਰ ਸੇ ਅੱਜ ਸੈਕਟਰ 36 ਕਨਵੈਨਸ਼ਨ ਸੈਂਟਰ ਮੀਟਿੰਗ ਕੀ ਗਈ ਔਰ ਗੁਰਪ੍ਰਤਾਪ ਸਿੰਘ ਵਡਾਲਾ ਕੋ ਕਨਵੀਨਰ ਬਣਾਇਆ ਗਿਆ, ਕਮੇਟੀ ਫਾਰਮ ਕੀ ਗਈ ਔਰ ਸੁਖਬੀਰ ਬਾਦਲ ਕੋ ਜੋ ਅਕਾਲ ਤਖਤ ਸ਼੍ਰੀ ਸਾਹਿਬ ਸੇ ਜੋ ਨੋਟਿਸ ਕੀਆ ਗਿਆ, ਜਵਾਬ ਮੰਗਾ ਗਿਆ, ਉਸਕਾ ਵੀ ਸਵਾਗਤ ਕੀਆ ਗਿਆ ਹੈ। ਕੈਮਰਾ ਪਰਸਨ ਚਾਂਦੀ ਰਾਮ ਸਾਹਿਬ, ਅਮਨ ਭਾਰਦਵਾਜ, ਚੰਡੀਗੜ੍ਹ ਆਜ ਤੱਕ।